ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਪੰਜਾਬੀ ਬਾਈਟਸ ਦੇ ਵਿੱਚ। ਅੱਜ ਸਾਡੇ ਸਟੂਡੀਓ ਦੇ ਵਿੱਚ ਉਹ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੂੰ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ ਹੈਗੀ, ਅਤੇ ਉਹ ਨੇ, ਉਹਨਾਂ ਦਾ ਨਾਮ ਹੈ ਯੋਗਰਾਜ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਪੰਜਾਬੀ ਬਾਈਟ ਸਰ। ਥੈਂਕ ਯੂ ਸਰ, ਮੈਂ ਜ਼ਰਾ ਨਵਾਜ਼ੀ ਹੈ ਤੁਹਾਡੀ ਕਿ ਤੁਸੀਂ ਮੈਨੂੰ ਇਹਨਾਂ ਚੀਜ਼ ਨੂੰ ਇਸ ਯੋਗ ਸਮਝਿਆ ਕਿ ਮੈਂ ਇੱਥੇ ਤੁਹਾਡੀ ਟੀਵੀ 'ਤੇ ਆਵਾਂ ਔਰ ਮੈਂ ਬੋਲਾਂ, ਔਰ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਰਾਈਟ ਸਰ, ਸਭ ਤੋਂ ਪਹਿਲਾਂ ਤਾਂ ਇੱਕ ਤਾਂ ਮੈਂ ਥੋੜ੍ਹਾ ਜਿਹਾ ਤੁਹਾਡੇ ਤੋਂ ਉਮਰ 'ਚ ਬਹੁਤ ਛੋਟਾ ਹਾਂ, ਸੋ ਇੱਕ ਨਾ ਮੇਰੇ ਨਰਵਸਨੈਸ ਹੈਗੀ ਹੈ ਤੁਹਾਨੂੰ ਇੰਟਰਵਿਊ ਕਰਨ 'ਚ, ਪਤਾ ਨਹੀਂ ਕਿਉਂ, ਕਿਸ ਚੀਜ਼ ਦੀ ਹੈਗੀ ਹੈ। ਉਹ ਕਹਿੰਦੇ ਨੇ ਪੁੱਤ ਅਤੇ ਪਿਓ ਬਰਾਬਰ ਦੇ ਹੋ ਜਾਂਦੇ ਆ ਜਦੋਂ ਵੱਡੇ ਹੋ ਜਾਣ, ਸੋ ਦੈਟ ਇਜ਼ ਨੋਟ ਐਨ ਇਸ਼ੂ। ਵੀ ਆਰ, ਆਪਾਂ ਇੱਕੋ ਹੀ, ਯੂ ਆਰ ਲਾਈਕ ਮਾਈ ਸਨ ਐਂਡ ਆਈ ਐਮ ਯੋਰ ਫਾਦਰ, ਸੋ ਵੀ ਆਰ ਸਿਟਿੰਗ ਐਟ ਅ ਵੈਰੀ ਕੈਜੂਅਲ ਇਨ ਦ ਹਾਊਸ। ਕੋ ਗੱਲ ਨਹੀਂ, ਪਲੀਜ਼ ਰਾਈਟ ਸਰ, ਖੁੱਲ ਕੇ ਪੁੱਛੋ। ਬਿਲਕੁਲ ਸਰ, ਤੁਹਾਡੀ ਵਿਦ ਆਲ ਡਿਊ ਰਿਸਪੈਕਟ ਤੁਹਾਨੂੰ ਮੈਂ ਹੁਣ ਸਵਾਲ ਪੁੱਛਾਂਗਾ, ਤੇ ਪਲੀਜ਼। ਰਾਈਟ ਸਰ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਸਭ ਤੋਂ ਪਹਿਲਾਂ ਕਰੀਅਰ ਜਿਹੜਾ ਸਟਾਰਟ ਕੀਤਾ ਤੁਸੀਂ ਕ੍ਰਿਕਟ ਤੋਂ ਕੀਤਾ ਆਪਣਾ, ਕ੍ਰਿਕਟ ਤੋਂ ਤੁਹਾਡਾ ਟ੍ਰਾਂਜੀਸ਼ਨ ਹੋਇਆ ਪੰਜਾਬੀ ਸਿਨੇਮਾ ਦੇ ਵਿੱਚ, ਅਤੇ ਇੰਨਾ ਵੱਡਾ ਟ੍ਰਾਂਜੀਸ਼ਨ, ਉਹਦੇ ਬਾਰੇ ਆਪਾਂ ਬਾਅਦ 'ਚੋਂ ਗੱਲ ਕਰਾਂਗੇ। ਪਹਿਲਾਂ ਦੱਸੋ ਵੀ ਕ੍ਰਿਕਟ ਦੇ ਵਿੱਚ ਤੁਸੀਂ ਐਂਟਰੀ, ਤੁਹਾਡਾ ਆਪਣਾ ਪੈਸ਼ਨ ਸੀ ਜਾਂ ਫੋਰਸਫੁਲੀ ਆਏ ਜਾਂ ਨਹੀਂ, ਤੁਸੀਂ ਕਿਸ ਤਰੀਕੇ ਨਾਲ ਕ੍ਰਿਕਟ ਦੇ ਵਿੱਚ ਐਂਟਰ ਕੀਤਾ? ਮੈਂ ਨਾ ਜਪਜੀ ਸਾਹਿਬ ਦੀ ਇੱਕ ਤੁੱਕ ਪੜ੍ਹੀ ਹੈ ਔਰ ਮੈਂ ਉਹਨੂੰ ਬੜਾ ਰਿਲੇਟ ਕਰਦਾ ਕਿ ਹਰ ਇਨਸਾਨ ਨਾਲ ਉਹ ਢੁਕਦੀ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਹਦੇ ਹੁਕਮ ਨਾਲ ਹੀ ਸਾਰਾ ਕੁਛ ਹੁੰਦਾ, ਜਿਵੇਂ ਆਰਡਰ ਕਰਦਾ ਹਰੇਕ ਜੀ, ਹਰੇਕ ਜੀਵ ਜੰਤੂ, ਇਨਸਾਨ ਕੋਈ ਵੀ ਹੋਵੇ, ਬ੍ਰਹਿਮੰਡ ਉਹਦੇ ਹੁਕਮ ਦੇ ਅਧੀਨ ਚੱਲ ਰਿਹਾ। ਮੈਂ ਐਥਲੀਟ ਸੀਗਾ, ਵੈਰੀ ਗੁੱਡ ਐਥਲੀਟ, ਮੈਂ ਸੇਂਟ ਜੌਨਸ ਪੜ੍ਹਦਾ ਸੀ। ਆਇਰਿਸ਼ ਬ੍ਰਦਰਸ ਅਤੇ ਨੰਨਸ ਮੈਨੂੰ ਪੜ੍ਹਾਉਂਦੇ ਸੀ। ਮੇਰੇ ਫਾਦਰ ਦਾ ਬੜਾ ਸ਼ੌਕ ਸੀ ਕਿ ਮੇਰੀ ਐਜੂਕੇਸ਼ਨ ਗੋਰਿਆਂ ਦੇ ਵਿੱਚ ਹੋਵੇ, ਓਕੇ, ਕਿਉਂਕਿ ਉਹ ਆਪ SSP ਪੈਪਸ ਪੁਲਿਸ ਰਹਿ ਚੁੱਕੇ ਸੀਗੇ ਬ੍ਰਿਟਿਸ਼ ਟਾਈਮ, ਅਤੇ ਉਦੋਂ ਮੇਰੀ ਬੜੀ ਚਾਹਨਾ ਸੀ ਉਹਨਾਂ ਦੀ ਵੀ ਮੈਂ ਐਥਲੀਟ ਬਣਾ ਅਤੇ ਗੋਲਡ ਮੈਡਲ ਲਿਆਵਾਂ, ਅਤੇ ਇੰਡੀਆ ਵਾਸਤੇ ਕਦੇ ਕੋਈ ਗੋਲਡ ਮੈਡਲ ਨਹੀਂ ਆਇਆ। ਤਾਂ ਮੈਂ 8ਵੀਂ ਕਲਾਸ ਦੇ ਵਿੱਚ 10.8 ਸੈਕਿੰਡਸ ਮੇਰਾ ਰਿਕਾਰਡ ਸੀ 100 ਮੀਟਰ, ਅਤੇ ਉਸ ਵੇਲੇ ਕ੍ਰਿਕਟ ਦਾ ਕੋਈ ਜਜ਼ਬਾ ਸੀਗਾ ਨਹੀਂ, ਅੱਜ ਕ੍ਰਿਕਟ ਦੀ ਕੋਈ ਗੱਲ ਨਹੀਂ ਸੀ। ਫਿਰ ਉਸ ਤੋਂ ਇੱਕ ਸਾਲ ਬਾਅਦ ਸਾਡੇ ਸਕੂਲ 'ਚ ਕ੍ਰਿਕਟ ਸ਼ੁਰੂ ਹੋਈ, DP ਆਜ਼ਾਦ ਅਤੇ ਕਪਿਲ ਦੇਵ ਹੋਣੀ ਅਤੇ ਚੰਦਰ ਵਿਜੇ ਰਾਜੀਵਨ ਦੇ ਲੋਕਾਂ ਨੇ ਇਕੱਠੇ ਹੋ ਕੇ ਇਸ ਇੰਜਨ 'ਚ ਆਏ, ਤਾਂ ਇਹ ਮੈਨੂੰ ਉਹਨਾਂ ਨੇ ਕਿਹਾ ਵੀ ਆਹ ਜਿਹੜੇ ਬੰਦੇ ਹੈਗੇ, ਇੰਟਰੋਡਿਊਸ ਪਹਿਲੀ ਵਾਰੀ ਹੋਇਆ ਅਤੇ ਵੀ ਆਪਾਂ ਕ੍ਰਿਕਟ ਸ਼ੁਰੂ ਕਰਨੀ ਹੈ। ਅਤੇ ਮੈਂ ਜੂੜਾ ਹੁੰਦਾ ਸੀ, ਬੜਾ ਵੱਡੇ ਬਾਲ ਅਤੇ ਪਟਕਾ ਬੰਨਿਆ ਹੁੰਦਾ ਸੀ, ਉਹ ਮੈਨੂੰ ਆਜ਼ਾਦ ਕਹਿੰਦਾ ਵੀ ਤੂੰ ਗੇਂਦ ਕਰ, ਅਤੇ ਮੈਂ ਵੀ ਬਾਲ ਕੀਤੀ, ਉਹ ਲੰਬਾ 60 ਰਨ ਦਾ ਯਾਰਡ ਕਰਕੇ ਬਾਲ ਮਾਰਿਆ ਅਤੇ ਜੂੜਾ ਮੇਰਾ ਖੁੱਲ੍ਹ ਗਿਆ, ਬਾਲ ਵੱਜਿਆ ਤਾਂ ਵੱਜਿਆ ਬੜੀ ਜ਼ੋਰ ਦੀ, ਉਹ ਨੈੱਟ 'ਚ ਵੱਜਿਆ ਬਹੁਤ। ਉਹਨੇ ਕਹਿੰਦਾ ਮੁੰਡੇ 'ਚ ਬੜੀ ਜਾਨ ਹੈਗੀ ਹੈ। ਅਤੇ ਮੇਰੇ ਫਾਦਰ ਨੂੰ ਉਹ ਕਹਿਣ ਲੱਗੇ ਵੀ ਅਸੀਂ ਇਹ ਲੜਕਾ, ਅਸੀਂ ਬੜੇ ਚੂਜ਼ ਕਰ ਰਹੇ ਹਾਂ ਬੱਚੇ, ਚੰਡੀਗੜ੍ਹ 'ਚ 5 ਬੱਚੇ ਕੱਢੇ ਅਤੇ ਸਾਡਾ ਇੱਕ ਪੇਅਰ ਬਣਾਉਣਾ ਕਪਿਲ ਦੇ ਨਾਲ। ਅੱਛਾ, ਅਤੇ ਉਹ ਮੇਰੇ ਡੈਡ ਕਹਿੰਦੇ ਵੀ ਨਹੀਂ, ਮੈਂ ਆਪਣੇ ਮੁੰਡੇ ਨੂੰ ਇਹ ਕ੍ਰਿਕਟ ਕ੍ਰੁਕਟ ਨਹੀਂ ਖਿਲਾਉਣੀ, ਮੈਂ ਤੁਹਾਨੂੰ ਅਥਲੀਟ ਬਣਾਉਣਾ। ਮੇ ਬੀ ਉਹ ਇਹ ਮੇਰੀ ਬਦਨਸੀਬੀ ਹੈ ਜਾਂ ਰੱਬ ਦਾ ਹੁਕਮ ਹੈ ਕਿ ਮੈਨੂੰ ਕ੍ਰਿਕਟ ਖੇਲਣੀ ਪਈ, ਸ਼ਾਇਦ ਮੈਂ ਕਿਤੇ ਹੋਰ ਹੁੰਦਾ। ਔਰ ਇਹ ਬਦਨਸੀਬੀ ਇਸ ਕਰਕੇ ਕਿ ਮੈਂ ਜਿਸ ਐਜੂਕੇਸ਼ਨ ਜਾਂ ਬੈਕਗਰਾਊਂਡ ਦੇ ਵਿੱਚੋਂ ਆਇਆ ਸਰ, ਉਹ ਇੱਥੇ ਇਸ ਲੈਵਲ ਦੇ ਗੱਲਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ। ਸੋ ਆਈ ਵਾਜ਼ ਡਿਫਰੈਂਟਲੀ ਥਰੋਨ ਟੂ ਅ ਡਿਫਰੈਂਟ ਵਰਲਡ ਕਿ ਮੈਂ ਯਾਰ ਕਿੱਥੇ ਆ ਗਿਆ, ਕਿੱਥੇ ਆ ਗਿਆ। ਕਪਿਲ ਦੇਵ ਉਹਦਾ ਉਹਨਾਂ ਦਾ ਆਈਡੀਆਲੋਜੀ ਜਾਂ ਚੰਦਰ ਵਿਜੇ ਜਾਂ ਰਾਜੀਵ ਆਨੰਦ ਜਾਂ ਦੀਸ ਬੋਇਜ਼, ਅਫਕੋਰਸ ਇਹਨਾਂ 'ਚ ਇੱਕ ਦੋ ਬੰਦੇ ਇਹੋ ਜਿਹੇ ਸੀਗੇ ਜਿਹੜੇ ਵੈਲ ਐਜੂਕੇਟਡ ਸੀਗੇ, ਬਟ ਇਟ ਵਾਜ਼ ਵੈਰੀ ਡਿਫੀਕਲਟ ਟੂ ਕਮਿਊਨੀਕੇਟ। ਅਤੇ ਮੈਂ ਇੱਕ ਵਾਰੀ ਦੁਬਾਰਾ ਮੈਂ ਡੈਡ ਨੂੰ ਕਿਹਾ ਵੀ ਮੈਂ ਕ੍ਰਿਕਟ ਨਹੀਂ ਖੇਲੂ, ਬਟ ਉਹ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਰੱਬ ਦਾ ਹੁਕਮ ਸੀ ਵੀ ਤੂੰ ਖੇਡਣਾ, ਦੈਟ ਇਜ਼ ਹਾਊ ਸਟਾਰਟ ਪਲੇਇੰਗ ਕ੍ਰਿਕਟ। ਅੱਛਾ, ਅਤੇ ਉਹ ਕਿਉਂਕਿ ਮੇਰੇ ਫਾਦਰ ਬੜੇ ਓਲਡ ਹੋ ਰਹੇ ਸੀ, ਮੈਂ ਬੜਾ ਲੇਟ ਪੈਦਾ ਹੋਇਆ, ਸਾਰੀ ਦੁਨੀਆ ਜਾਣਦੀ ਹੈ ਮੇਰੇ ਫਾਦਰ 72 ਸਾਲ ਦੇ ਸੀ। ਹਾਂਜੀ,
ਮੈਂ ਚੌਥੀ ਮਾਂ ਚੋਂ ਹਾਂ, ਬਾਕੀ ਤਿੰਨ ਗੁਜ਼ਰ ਗਈਆਂ ਸੀ, ਮੇਰੇ ਸੱਤ ਭੈਣ ਭਰਾ ਗੁਜ਼ਰ ਗਏ ਸੀ, ਮੇਰੇ ਤੋਂ ਦੋ ਬੱਚੇ ਹੋ ਕੇ ਪਹਿਲਾਂ ਗੁਜ਼ਰ ਗਏ ਸੀ, ਫਿਰ ਆੜੇ ਵਾਲੇ ਸੰਤਾਂ ਨੇ ਦੀ ਬਖਸ਼ਿਸ਼ ਨਾਲ ਉਹਨਾਂ ਨੇ ਮੇਰੀ ਮਾਂ ਨੂੰ ਕਿਹਾ ਸੀ ਵੀ ਬਹੁਤ ਤੇਰੀ ਸੇਵਾ ਹੈ 12 ਸਾਲ ਦੀ, ਅਤੇ ਅਸੀਂ ਤੈਨੂੰ ਬਾਬਾ ਦੀਪ ਸਿੰਘ ਜੀ ਦਾ ਲਾਡਲਾ ਸਿੰਘ ਦਿੰਦੇ ਹਾਂ, ਪੁੱਤ ਦਿੰਦੇ ਹਾਂ। ਅੱਛਾ, ਸੋ ਦਿਸ ਇਜ਼ ਹਾਊ ਆਈ ਰਿਲੇਟ ਮਾਈ ਸੈਲਫ। ਅਤੇ ਉਹ ਫਿਰ ਉਸ ਤੋਂ ਬਾਅਦ ਜਿਹੜੀ ਕ੍ਰਿਕਟ ਸ਼ੁਰੂ ਹੋਈ ਹੈ, ਡੈਡ ਬਿਮਾਰ ਹੋ ਗਏ, ਫਿਰ ਮੈਨੂੰ ਕ੍ਰਿਕਟ ਛੱਡਣੀ ਪਈ, ਫਿਰ ਮੈਨੂੰ ਕਰਨ ਨੂੰ ਕੁਛ ਨਹੀਂ ਸੀ, ਬਿਕੋਜ਼ ਮੈਂ ਬੜਾ ਵੈਰੀ ਐਨਰਜੈਟਿਕ ਐਂਡ ਐਨਥੂਜ਼ੀਆਜ਼ਮ ਜਿਹੜਾ ਮੈਨੂੰ ਰੱਬ ਨੇ ਦਿੱਤਾ ਹੈ, ਅਤੇ ਉਹਦੇ ਵਿੱਚ ਫਿਰ ਮੈਨੂੰ ਫਿਲਮਾਂ ਸ਼ੁਰੂ ਹੋ ਗਈਆਂ। ਸੋ ਮੈਂ ਸਮਝਦਾ ਹਰ ਚੀਜ਼ ਜ਼ਿੰਦਗੀ ਦੇ ਵਿੱਚ ਖਾਦਸਾ ਹੈ, ਤੁਹਾਡੀ ਡੈਸਟਨੀ ਹੈ, ਤੁਹਾਡੇ ਮੱਥੇ 'ਤੇ ਲਿਖਿਆ, ਉਹ ਹੁਕਮ ਰੱਬ ਨੇ ਤੁਹਾਡੇ ਮੱਥੇ 'ਤੇ ਲਿਖਤਾ, ਤੁਹਾਨੂੰ ਐਕਸੈਪਟ ਕਰਨਾ ਪੈਂਦਾ, ਪੜ੍ਹਨਾ ਪੈਂਦਾ, ਬੇਸ਼ੱਕ ਉਹ ਤੁਸੀਂ ਉਹ ਸਿਖਰ 'ਤੇ ਪਹੁੰਚੋ ਔਰ ਜਾਂ ਤੁਸੀਂ ਥੱਲੇ ਡਿੱਗ ਪਓ, ਜਾਂ ਤੁਹਾਨੂੰ ਉਹ ਚੀਜ਼ ਨਹੀਂ ਮਿਲੀ, ਸੰਪੂਰਨ ਨਹੀਂ ਹੋਈ, ਉਹ ਤੁਹਾਨੂੰ ਮੰਨਣਾ ਪੈਂਦਾ ਕਿ ਭਾਈ ਇਹ ਰੱਬ ਦਾ ਹੁਕਮ ਹੈ। ਪਹਿਲਾਂ ਮੈਂ ਰਿਟੈਲੀਏਟ ਕਰਦਾ ਸੀ ਬਹੁਤ, ਕਿਉਂਕਿ ਮੈਨੂੰ ਇੰਨੀ ਕੁਦਰਤ ਦੀ ਇੰਨੀ ਬਾਣੀ ਦੀ ਸਮਝ ਨਹੀਂ ਸੀ, ਪਰ ਜਿਉਂ ਜਿਉਂ ਮੈਂ ਬਾਣੀ ਪੜ੍ਹੀ, ਜਿਉਂ ਜਿਉਂ ਮੈਨੂੰ ਮਹਾਰਾਜ ਨੇ ਰੱਬ ਨੇ ਉਹ ਤੌਫੀਕ ਬਖਸ਼ੀ, ਮੈਨੂੰ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ, ਗੁਰੂਆਂ ਦਾ ਆਸ਼ੀਰਵਾਦ, ਪੀਰ ਪੈਗੰਬਰਾਂ ਦਾ ਆਸ਼ੀਰਵਾਦ, ਦੇਵੀ ਦੇਵਤਿਆਂ ਦਾ ਆਸ਼ੀਰਵਾਦ, ਫਿਰ ਮੈਨੂੰ ਉਹ ਅੰਡਰਸਟੈਂਡ ਹੋਇਆ ਕਿ ਨਹੀਂ, ਜੋ ਕੁਛ ਤੇਰੇ ਨਾਲ ਹੋ ਰਿਹਾ ਉਹ ਇੱਕ ਉਹਦਾ ਹੁਕਮ ਹੈ, ਔਰ ਤੂੰ ਆਪਣੀ ਲਾਈਨ 'ਤੇ ਮਿਹਨਤ ਕਰਦਾ ਚੱਲ, ਇੱਕ ਦਿਨ ਰੱਬ ਤੈਨੂੰ ਸੂਦ ਸਮੇਤ ਵਾਪਸ ਕਰੇਗਾ। ਸੋ ਆਈ ਐਮ ਆਲਸੋ ਵੇਟਿੰਗ ਕਿ ਉਹ ਇੱਕ ਦਿਨ ਕਦ ਆਏਗਾ, ਪਰ ਜ਼ਰੂਰ ਆਏਗਾ, ਕਿਉਂਕਿ ਮੇਰਾ ਬੜਾ ਵਿਸ਼ਵਾਸ ਹੈ, ਮੇਰਾ ਬੜਾ ਫੇਥ ਹੈ। ਇੱਕ ਛੋਟੀ ਜਿਹੀ ਕਹਾਣੀ ਹੈਗੀ ਹੈ ਫਰੋਮ ਕ੍ਰਿਕਟ ਟੂ ਫਿਲਮ ਡੈਡ। ਇੱਕ ਸਰ ਇਹ ਦੱਸੋ, ਕ੍ਰਿਕਟ ਦੇ ਵਿੱਚ ਤੁਸੀਂ ਯੂ ਆਰ ਨੋਨ ਫੋਰ ਅਗਰੈਸਿਵਨੈਸ ਔਨ ਦ ਫੀਲਡ, ਵਾਈ ਇਜ਼ ਇਟ ਸੋ, ਇੰਨਾ ਅਗਰੈਸਿਵਨੈਸ ਤੁਹਾਡੇ ਖੂਨ ਦੇ ਵਿੱਚ ਕਿੱਦਾਂ? ਬਾਬਾ ਖੜਕ ਸਿੰਘ ਜੀ ਬੈਠੇ ਸੀ ਆਨੰਦਪੁਰ ਸਾਹਿਬ, ਅਤੇ ਬਹੁਤ ਚਿਰ ਦੀ ਗੱਲ ਹੈ, ਉਹ ਮੈਨੂੰ ਹਮੇਸ਼ਾ ਐਡਰੈਸ ਕਰਦੇ, ਲੈ ਵੀ ਗੁਰੂ ਘਰ ਦਾ ਲਾਲ ਆ ਗਿਆ, ਬੜਾ ਪਿਆਰ ਕਰਦੇ, ਮਾਣ ਹੈ, ਇੱਜ਼ਤ ਬਖਸ਼ੀ ਉਸ ਗੁਰੂ ਘਰ ਨੇ ਮੈਨੂੰ। ਹਾਂਜੀ, ਅਤੇ ਉਹ ਲੈ ਵੀ ਬਾਬਾ ਦੀਪ ਸਿੰਘ ਜੀ ਦਾ ਬੇਟਾ ਤੁਰਿਆ, ਉਹਦਾ ਭਾਈ ਸਿੰਘੋ, ਦਿਸ ਇਜ਼ ਹਾਓ ਦੇ ਲਵ ਮੀ ਆਲ ਆਫ ਦੈਮ, ਰਾਈਟ। ਇੱਦਾਂ ਜਿੱਦਾਂ ਤੁਸੀਂ ਸਵਾਲ ਪੁੱਛਿਆ ਹੈ, ਇੱਦਾਂ ਕਿ ਸਿੰਘ ਨੇ ਕਿਹਾ ਬਈ ਬਾਬਾ ਜੀ ਇੱਕ ਗੱਲ ਕਹਿਣੀ ਹੈ ਤੁਹਾਡੇ ਪੁੱਤ ਬਾਰੇ, ਵੀ ਇਹ ਤੱਤਾ ਬਹੁਤ ਹੈ, ਕਈ ਵਾਰੀ ਜਦ ਇਹ ਬੋਲਦਾ ਹੈ ਅੱਗ ਨਿਕਲਦੀ ਇਹਦੇ ਮੂੰਹ ਚੋਂ, ਅਤੇ ਕਈ ਵਾਰੀ ਇਹਨੂੰ ਦੇਖਿਆ ਵੀ ਇਹਨੂੰ ਤਾਂ ਕਿਤੇ ਸਿੰਘ ਹੋਣ ਸ਼ਹੀਦੀ ਸਿੰਘ ਲੱਗਦਾ ਪੁਰਾਣਾ। ਅੱਛਾ, ਅਤੇ ਬਾਬਾ ਜੀ ਬੜੀ ਜ਼ੋਰ ਦੇ ਹੱਸ ਪਏ, ਕਹਿਣ ਲੱਗੇ ਗੱਲ ਸੁਣ ਭਾਈ, ਇਹ ਬਾਬਾ ਦੀਪ ਸਿੰਘ ਜੀ ਕੋਲ ਖੰਡਾ ਕਿਹੜਾ ਹੈ? ਉਹ ਕਹਿੰਦੇ ਦੋ ਧਾਰੀ, ਉਹ ਕਹਿੰਦੇ ਇੱਧਰੋਂ ਚੱਲਦਾ ਤਾਂ ਵੀ ਕੱਟਦਾ ਜਾਂਦਾ, ਇੱਧਰੋਂ ਚੱਲਦਾ ਤਾਂ ਵੀ ਇੱਕ ਸਿਰ ਲਾਉਂਦਾ ਜਾਂਦਾ ਹੈ, ਅਤੇ ਜੇ ਇਹ ਉਹਨਾਂ ਦਾ ਲਾਡਲਾ ਹੈ ਅਤੇ ਖੰਡੇ ਦੀ ਧਾਰ 'ਚੋਂ ਜੰਮਿਆ ਹੈ ਅਤੇ ਫਾਰੇ ਤੱਤਾ ਹੀ ਹੋਊਗਾ, ਫਿਰ ਬਰਫ ਵਰਗਾ ਤਾਂ ਹੋ ਨਹੀਂ ਸਕਦਾ। ਬਟ ਜਿਹੜਾ ਸਵਾਲ ਤੁਸੀਂ ਪੁੱਛਿਆ ਅਗਰੈਸਿਵਨੈਸ, ਮੈਂ ਇਹਨੂੰ ਬੜਾ ਮਿਸਅੰਡਰਸਟੈਂਡ ਕਰਦੇ ਆ ਲੋਕ, ਮੈਨੂੰ ਕਈ ਵਾਰੀ ਆਪਣੇ ਆਪ 'ਚ ਲੱਗਦਾ ਕਿ ਮੇਰੇ 'ਚ ਐਨਰਜੀ ਬੜੀ ਹੈ, ਮੈਂ ਉਸ ਐਨਰਜੀ ਨੂੰ ਕਿਤੇ ਯੂਟੀਲਾਈਜ਼ ਕਰਾਂ, ਮੇਰੀ ਐਜੂਕੇਸ਼ਨ, ਮੇਰਾ ਫੈਮਿਲੀ ਬੈਕਗਰਾਉਂਡ, ਮੇਰਾ ਜਿਹੜਾ ਬਚਪਨ ਗੁਜ਼ਰਿਆ ਮੇਰੀ ਮਾਂ ਦੇ ਮੇਰੇ ਪਿਓ ਦੀ ਗੋਦ 'ਚ, ਉਹਨੇ ਮੈਨੂੰ ਜੋ ਪ੍ਰਫੁੱਲਤ ਕੀਤਾ ਹੈ ਉਹ ਗੁਰੂਆਂ ਦੀ ਬਾਣੀ ਪੜ੍ਹ ਪੜ੍ਹ ਕੇ, ਪੀਰਾਂ ਪੈਗੰਬਰਾਂ ਦੀ ਬਾਣੀ ਪੜ੍ਹ ਪੜ੍ਹ ਕੇ, ਮੇਰਾ ਅੱਜ ਵੀ 7-8 ਘੰਟੇ ਬਾਣੀ 'ਚ ਹੀ ਮੇਰਾ ਟਾਈਮ ਗੁਜ਼ਰਦਾ, ਜਾਂ ਜਿਮ ਜਾਂਦਾ, ਜਾਂ ਬਾਣੀ ਪੜ੍ਹਦਾ, ਜਾਂ ਮੈਨੂੰ ਜੋ ਰੱਬ ਕੰਮ ਦਿੰਦਾ ਮੈਂ ਉਹ ਕਰਦਾ। ਉਹ ਸ਼ਾਇਦ ਮੈਨੂੰ ਇੱਕ ਸੱਚ ਬੋਲਣ ਦੀ ਆਦਤ ਪੈ ਗਈ ਹੈ, ਪਰੰਪਰਾਵਾਦੀ ਅਤੇ ਸੱਤਵਾਦੀ 'ਚ ਭਾਜੀ ਬੜਾ ਫਰਕ ਹੈ। ਪਰੰਪਰਾਵਾਂ ਬਣਾਈਆਂ ਸਾਡੇ ਰਿਸ਼ੀਆਂ ਮੁਨੀਆਂ ਨੇ, ਸਾਡੇ ਬਜ਼ੁਰਗਾਂ ਨੇ, ਚਲੀਆਂ ਆ ਰਹੀਆਂ, ਜਿਹਦਾ ਕੋਈ ਮਤਲਬ ਨਹੀਂ। ਤੁਸੀਂ ਆਸਾ ਦੀ ਵਾਰ ਪੜ੍ਹੋ ਤਾਂ ਗੁਰੂ ਨਾਨਕ ਦੇਵ ਜੀ ਨੇ ਜੁੱਤੀਆਂ ਮਾਰੀਆਂ ਪਰੰਪਰਾਵਾਦੀਆਂ, ਤੁਸੀਂ ਪੜ੍ਹ ਕੇ ਦੇਖੋ ਉਹਦੇ ਮਤਲਬ ਸਮਝੋ। ਮੈਂ ਕਹਿੰਦਾ ਵੀ ਜਿਹੜਾ ਬੰਦਾ ਸੱਚਾ ਹੈ, ਸੱਤਵਾਦੀ ਹੈ, ਉਹ ਅੱਬਲ ਦਾ ਸੂਲੀ ਚੜ੍ਹਦਾ, ਜਿਹਨੇ ਸੱਚ ਬੋਲਿਆ ਉਹ ਤੱਤੀ ਤਵੀ 'ਤੇ ਬਿਠਾਇਆ ਗਿਆ, ਜਿਹਨੇ ਸੱਚ ਬੋਲਿਆ ਉਹਦੇ ਚਾਰੇ ਲਾਲ ਕੁਰਬਾਨ ਹੋਏ, ਉਹਦੇ ਪਿਓ ਨੂੰ ਸ਼ਹੀਦੀ ਦੇਣੀ ਪਈ, ਉਹਨੂੰ ਆਪ ਦਰ ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਮੈਂ ਉਸ ਗੁਰੂ ਦੇ ਪਰਿਵਾਰ ਦਾ ਬੇਟਾ ਅਤੇ ਮੈਂ ਸੱਚ ਬੋਲਦਾ,
ਔਰ ਜਦ ਮੈਂ ਸੱਚ ਬੋਲਦਾ ਉਹ ਝੂਠ ਤੋਂ ਬਰਦਾਸ਼ਤ ਨਹੀਂ ਹੁੰਦਾ, ਜਦ ਝੂਠ ਤੋਂ ਸੱਚ ਬਰਦਾਸ਼ਤ ਨਹੀਂ ਹੁੰਦਾ, ਕਿਉਂਕਿ ਝੂਠ ਸੱਚ ਨੂੰ ਆਪਣੇ ਬਰਾਬਰ ਤਾਂ ਬਿਠਾ ਸਕਦਾ, ਆਪਣੀ ਜੁੱਤੀ ਥੱਲੇ ਰੱਖ ਸਕਦਾ, ਪਰ ਆਪਣੇ ਸਿਰ ਤੋਂ ਉੱਚਾ ਜਾਵੇ ਉਹਨੂੰ ਟੋਲਰੇਟ ਨਹੀਂ ਹੋ ਜਾਂਦਾ। ਸੋ ਮੈਂ ਸਮਝਦਾ ਇਹੀ ਪ੍ਰੋਬਲਮ ਹੈ। ਜੋ ਕਹਿਣਾ ਹੈ, ਬੇਸ਼ੱਕ ਮੇਰੇ ਪਿਤਾ ਜੀ ਸੀ ਜਾਂ ਮੇਰੇ ਮਾਤਾ ਜੀ ਸੀ ਜਾਂ ਮੇਰੀਆਂ ਬੀਵੀਆਂ ਦੋ ਜਾਂ ਮੇਰੇ ਬੱਚੇ ਜਾਂ ਮੇਰੇ ਰਿਸ਼ਤੇਦਾਰ ਜਾਂ ਮੇਰੇ ਦੋਸਤ ਜਾਂ ਮੇਰੇ ਸੱਜਣ ਜਾਂ ਮੇਰੇ ਮੀਤ, ਮੈਂ ਕਹਿ ਦੇਣਾ ਵੀ ਕਾਕਾ ਗੱਲ ਇਹ ਹੈ ਆਪਾਂ ਨੂੰ ਤੇਰੀ ਗੱਲ ਚੰਗੀ ਨਹੀਂ ਲੱਗਦੀ। ਬਿਲਕੁਲ। ਸੋ ਆਈ ਥਿੰਕ ਦੈਟ ਅਗਰੈਸਿਵਨੈਸ ਔਨ ਦਾ ਫੀਲਡ ਕਿ ਮੈਂ ਤੁਹਾਨੂੰ ਕਿਹਾ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਫਤਿਹ, ਗੁੱਡ ਮਾਰਨਿੰਗ, ਹਾਊ ਆਰ ਯੂ, ਹੈਲੋ ਮੈਮ, ਕਿਸੇ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਉਹ ਕਹਿੰਦੇ ਤਾਂ ਪੈਰੀ ਬੜੀ ਆਕੜ ਹੈ ਬਈ, ਇਹ ਤਾਂ ਪੈਰੀ ਹੱਥ ਨਹੀਂ ਲਾਉਂਦਾ, ਗੋਡੇ ਹੱਥ ਨਹੀਂ ਲਾਉਂਦਾ। ਆਈ ਮੀਨ ਗੋਡੇ ਹੱਥ ਲਾਉਣਾ, ਪੈਰੀ ਹੱਥ ਲਾਉਣਾ, ਸਿਰ ਝੁਕਦਾ ਗੁਰੂ ਦੇ ਦਰਬਾਰ 'ਚ। ਸੋ ਆਈ ਥਿੰਕ ਦੈਟ ਇਜ਼ ਦ ਡਿਫਰੈਂਸ਼ੀਏਸ਼ਨ ਕਿ ਮੈਨੂੰ ਲੋਕੀ ਸ਼ਾਇਦ ਮਿਸਅੰਡਰਸਟੈਂਡ ਕਰਦੇ ਆ, ਪਰ ਜੇ ਉਹ ਕਰਦੇ ਆ ਗੁੱਡ ਲੱਕ ਟੂ ਦੈਮ, ਉਹ ਕੁਛ ਆਪਕੇ ਸਾਥ ਇਸ਼ਕ ਵੀ ਕਰੇਂਗੇ, ਕੁਛ ਆਪਕੇ ਸਾਥ ਨਫ਼ਰਤ ਵੀ ਕਰੇਂਗੇ, ਔਰ ਅਗਰ ਨਫ਼ਰਤ ਕਰਨੇ ਵਾਲੇ ਨਾ ਹੋ ਤਾਂ ਫਿਰ ਖੁਸ਼ੀ ਦਾ ਅੰਦਾਜ਼ਾ ਨਹੀਂ ਹੁੰਦਾ। ਮੈਂ ਕਹਿੰਦਾ ਕੋਈ ਗੱਲ, ਪਰ ਸਰ ਇੱਕ ਤਾਂ ਜਿਵੇਂ ਹੋ ਗਈ ਸੱਚ ਬੋਲਣ ਦੀ ਗੱਲ, ਪਰ ਇੱਕ ਹੋ ਗਈ ਫੀਲਡ ਦੇ ਉੱਤੇ ਤੁਸੀਂ ਅੰਪਾਇਰ ਨੂੰ ਜਾ ਕੇ ਬੈਟ ਮਾਰਤਾ ਸੀ। ਨਹੀਂ ਨਹੀਂ, ਇਹ ਕਹਾਣੀਆਂ ਨੇ ਸਭ, ਇਹ ਸਭ ਬਕਵਾਸ ਕਹਾਣੀਆਂ ਨੇ। ਨਾ ਕਿਸੇ ਅੰਪਾਇਰ ਨੂੰ ਅੱਜ ਤੱਕ ਗਾਲ ਕੱਢੀ ਹੈ, ਨਾ ਕਿਸੇ ਤੇ ਬੱਲਾ ਮਾਰਿਆ, ਨਾ ਹੀ ਕਿਸੇ ਨੂੰ ਉੱਚਾ ਬੋਲ ਮਿਲਿਆ, ਇਹ ਸਭ ਲੋਕਾਂ ਨੇ ਕਹਾਣੀਆਂ। ਬੰਦਾ ਸਿੰਘ ਬਹਾਦਰ ਨੇ ਬਦਲਾ ਲਿਆ, ਉਹ ਕਤਲੇਆਮ ਕੀਤਾ ਮੁਗਲ ਭਜਾ ਤੇ, ਮੁੜ ਕੇ ਜਦ ਲਾਹੌਰ ਨੂੰ ਕਬਜ਼ਾ ਕਰਨ ਲੱਗਿਆ ਤਾਂ ਆਪਦੇ ਸਿੰਘ ਜੀ ਜਿਹੜੇ ਗੁਰੂਆਂ ਦੇ ਨਾਲ ਸੀ ਉਹੀ ਉਹਦੇ ਖਿਲਾਫ਼ ਖੜੇ ਹੋ ਗਏ। ਹਾਂਜੀ, ਤਾਂ ਫਿਰ ਉਹਨੇ ਕਿਹਾ ਉਦਣ ਕਿ ਮੇਰਾ ਹੌਸਲਾ ਇਤਨਾ ਬੁਲੰਦ ਹੈ ਕਿ ਪਰਾਏ ਸ਼ੂਨੋਂ ਕਾ ਮੁਝੇ ਖੌਫ ਨਹੀਂ। ਮੇਰਾ ਹੌਸਲਾ ਇਤਨਾ ਬੁਲੰਦ ਹੈ ਕਿ ਮੇਰੇ ਪਰਾਏ ਸ਼ੂਨੋਂ ਕਾ ਖੌਫ ਨਹੀਂ, ਡਰ ਇਸ ਬਾਤ ਕਾ ਹੈ ਕਿ ਮੇਰੇ ਬਾਗੋਂ ਮੇ ਆਈ ਫੂਲੋਂ ਪੇ ਬਹਾਰ, ਕਹੀਂ ਮੇਰਾ ਚਮਨ ਜਲਾ ਨਾ ਦੇ। ਗੱਲ ਕੁਛ ਨਹੀਂ, ਗੱਲ ਸਿਰਫ ਸਮਝਣ ਦੀ ਹੈ। ਯੋਗਰਾਜ ਸਿੰਘ ਨੇ ਕਿਸੇ ਨੂੰ ਉੱਚਾ ਬੋਲਤਾ, 10 ਬੰਦੇ ਗਏ, ਉਹ ਭਾਈ ਉਹਨੂੰ ਥੱਪੜ ਮਾਰਿਆ ਸੀ, ਉਹਨੇ ਫਿਰਾਨਾ ਕਿ ਇਹ ਸਭ ਕਹਾਣੀ ਬਣਾਇਆ ਹੋਇਆ। ਰੌਲਾ ਇਹ ਹੈ ਵੀ ਕਪਿਲ ਦੇਵ ਨਹੀਂ ਸੀ ਚਾਹੁੰਦਾ ਮੈਂ ਇੰਡੀਆ ਖੇਡਾਂ ਉਹਦੀ ਬਰਾਬਰੀ ਕਰਾਂ, ਕਿਉਂਕਿ ਮੈਂ ਉਹਦੇ ਨਾਲ ਬਹੁਤ ਚੰਗਾ ਸੀ। ਅੱਛਾ। ਜਾਂ ਮੈਂ ਫਿਲਮ ਇੰਡਸਟਰੀ ਦੇ ਵਿੱਚ, ਮੈਨੂੰ ਤਾਂ ਐਕਟਿੰਗ ਦੀ ABC ਨਹੀਂ ਭਾਜੀ ਆਉਂਦੀ, ਤਾਂ ਮੈਂ ਧੂੜ 'ਚ ਟੱਟੂ ਭੱਜੀ ਜਾਂਦਾ ਅਤੇ ਰੱਬ ਦੀ ਕਿਰਪਾ ਅਤੇ ਉਹ ਮੈਨੂੰ ਲੋਕੀ ਐਕਟਰ ਕਹਿੰਦੇ, ਮੈਂ ਤੁਹਾਨੂੰ ਸਹੀ ਗੱਲ ਦਾ ਮੈਨੂੰ ਕੁਝ ਨਹੀਂ ਆਉਂਦਾ। ਪਰ ਜੇ ਰੱਬ ਦੀ ਕਿਰਪਾ ਹੈ ਕਿਸੇ 'ਤੇ ਅਤੇ ਉਹਨੂੰ 10-15 ਫੀਲਡ ਦੇ ਉੱਤੇ ਫਲਾਈਟ 'ਤੇ ਬਿਠਾਇਆ ਹੋਇਆ ਅਤੇ ਭਾਈ ਫਿਰ ਜਦ ਤੱਕ ਉਹ ਨਾ ਮਾਰੇ ਤਾਂ ਬੰਦਾ ਬਿਲਕੁਲ ਬਿਲਕੁਲ ਦਿਸ ਇਜ਼ ਦੀ ਪ੍ਰੋਬਲਮ। ਜੈਲਸੀ ਰਹੀ ਹੈ ਇੰਨੀ। ਜਦ ਮੈਂ ਕਪਿਲ ਦਾ ਮੇਰੀ ਦੋਸਤੀ ਸੀ, ਪਿਆਰ ਸੀ, ਸੱਜਣਦਾ ਸੀ, ਮੇਰੇ ਫਾਦਰ ਕਹਿੰਦੇ ਸੀ ਗੱਲ ਸੁਣ ਇਹ ਝਾਂਗੀ ਹੈ, ਇਹਨੇ ਪਿੱਠ ਪਿੱਛੇ ਛੁਰਾ ਮਾਰ ਰਹੇ ਮਾਰ, ਉਹੀ ਹੋਇਆ। ਜਾਂ ਹੋਰ ਮੇਰੇ ਜਿਹੜੇ ਰਿਸ਼ਤੇਦਾਰ ਸੀ ਵੀ ਮੇਰੇ ਘਰ ਦੇ ਵਿੱਚ ਭਾਈ ਰਿਸ਼ਤੇ ਇਹ ਟੱਲੀ ਮਾਰੀ ਤੁਸੀਂ ਆ ਗਏ, ਜਾਂ ਮੇਰੀ ਸੱਸ ਮੈਨੂੰ ਕਹੇ, ਜਾਂ ਮੈਨੂੰ ਜਨਾਨੀ ਮੈਨੂੰ ਕਹੇ, ਆਈ ਹੈਵ ਸਰਟਨ ਰੂਲਸ ਐਂਡ ਰੈਗੂਲੇਸ਼ਨ, ਜਾਂ ਮੇਰੇ ਬੱਚੇ ਉੱਠ ਕੇ ਕਹਿਣ ਵੀ ਤੂੰ ਗਲਤ ਹੈ, ਠੀਕ, ਹੂ ਦਾ ਹੈਲ ਇਟ ਜੱਜ ਮੀ, ਮੈਂ ਜੋ ਹੈ ਸੋ ਹੈ, ਐਕਸੈਪਟ ਮੀ ਲਾਈਕ ਦਿਸ। ਇਸ ਤਰ੍ਹਾਂ ਦੀ ਚੀਜ਼ਾਂ ਮੇਰੀ ਕ੍ਰਿਕਟ 'ਚ ਵੀ ਰਹੀਆਂ, ਜਿੱਦਾਂ ਪਾਕਿਸਤਾਨ ਦੇ ਖਿਲਾਫ਼ ਮੈਚ ਸੀਗਾ, ਵਿਕਟ ਤੋੜੀ ਆ, ਉਹ ਭਗੜਾ ਪਾਇਆ ਤਾਂ ਬਿਸ਼ਨ ਬੇਦੀ ਕਹਿੰਦਾ ਇਹ ਤੂੰ ਕਮਲਾ ਹੋ ਗਿਆ, ਮੈਂ ਹਾਂ ਮੈਨੂੰ ਤਾਂ ਤੂੰ ਕਮਲਾ ਲੱਗਦਾ, ਇਹ ਕਿਹੜੀ ਗੱਲ ਹੈ, ਵੀ ਆਰ ਪਲੇਇੰਗ ਇਨ ਆਪੋਜੀਸ਼ਨ ਐਂਡ ਆਈ ਐਮ ਇੰਜੋਇੰਗ ਮਾਈ ਵਿਕਟਰੀ। ਇਹ ਚੀਜ਼ਾਂ ਇਹਨਾਂ ਲੋਕਾਂ ਨੂੰ, ਕਈ ਲੋਕਾਂ ਨੂੰ ਪਸੰਦ ਨਹੀਂ ਸੀ। ਜਿੱਦਾਂ ਸਪੋਜ਼ ਮਾਜਿਦ ਖਾਨ ਬੈਟਿੰਗ ਕਰ ਰਿਹਾ, ਮੈਂ ਕਿਹਾ ਸਰ ਮੈਨੂੰ ਸਕੁਅਰ ਲੈਗ ਦੇ ਦਿਓ, ਮੈਂ ਬਾਊਂਸਰ 'ਤੇ ਆਊਟ ਕਰਨਾ, ਉਹ ਲਾ ਤੈਨੂੰ ਪਤਾ ਨਹੀਂ ਇਹਦਾ ਬੜਾ ਵੱਡਾ ਹੁੱਕਰ ਹੈ, ਮੈਂ ਕਿਹਾ ਜੀ ਆਪਾਂ ਮੈਂ ਵੀ ਗੇਂਦ ਕਰ ਰਿਹਾ, ਉਹ ਨਹੀਂ ਮੈਨੂੰ ਫੀਲਡ ਦਿੱਤੀ, ਗੇਂਦ ਵੱਜਿਆ ਤਾਂ ਟੌਪ ਐਜ ਤੇ ਬਾਲ ਉੱਥੇ ਗਿਰ ਗਈ, ਮੈਂ ਕਿਹਾ ਸਰਦਾਰ ਜੀ ਹੁਣ ਠੀਕ ਹੈ,
ਉਹ ਕਹਿੰਦੇ ਤੂੰ ਤਾਂ ਬੜਾ ਭੈੜਾ ਬੋਲਦਾ। ਮੈਂ ਕਿਹਾ ਜੀ ਮੈਂ ਬੋਲਰ ਹਾਂ, ਮੈਨੂੰ ਤੁਸੀਂ ਫੀਲਡਰ ਦਿਓ ਮੇਰੀ। ਵਾਈ ਆਰ ਯੂ ਜੈਲਸ ਕਿ ਤੁਸੀਂ ਮਦਨ ਲਾਲ ਨੂੰ ਖਿਡਾਉਣਾ ਜਾਂ ਤੁਸੀਂ ਮਹਿੰਦਰ ਅਮਰਨਾਥ ਨੂੰ ਖਿਡਾਉਣਾ ਜਾਂ ਤੁਸੀਂ ਕਪਿਲ ਦੇਵ ਨੂੰ ਖਿਡਾਉਣਾ, ਉਹ ਮੈਂ ਵੀ ਮਾਂ ਦਾ ਪੁੱਤ ਖੇਡਣ ਆਇਆ, ਤੁਸੀਂ ਕਹਿ ਦਿਓ ਮੈਂ ਚਲੇ ਜਾਣਾ। ਸੋ ਆਲ ਦੀਸ ਥਿੰਗਸ ਦੀ ਕਹਾਣੀਆਂ ਬਣ ਗਈਆਂ ਵੀ ਇਹਨੇ ਜੀ ਬਿਸ਼ਨ ਸਿੰਘ ਬੇਦੀ ਦੇ ਥੱਪੜ ਮਾਰਿਆ ਜੀ, ਇਹਨੇ ਜੀ ਫਲਾਨਾ ਕੀਤਾ ਜੀ, ਇਹਨੇ ਕਪਿਲ ਦੇਵ ਨੂੰ ਗਾਲਾਂ ਕੱਢੀਆਂ। ਇੱਕ ਵਾਰ ਇੱਦਾਂ ਵੀ ਹੋਇਆ ਸੀ ਵੀ ਤੁਹਾਡੀ ਤੁਸੀਂ ਤੁਹਾਡੇ ਤੋਂ ਸ਼ਾਇਦ ਕੈਚ ਛੁੱਟਿਆ ਸੀ ਤਾਂ ਤੁਹਾਡੇ ਔਨ ਫੀਲਡ ਬਿਸ਼ਨ ਸਿੰਘ ਬੇਦੀ ਨਾਲ ਕੁਝ ਝਗੜਾ ਹੋਇਆ ਸੀ। ਬਿਸ਼ਨ ਸਿੰਘ ਬੇਦੀ ਦੀ ਪ੍ਰੋਬਲਮ ਐਕਚੁਅਲੀ ਉਹ ਕੰਨਾਂ ਦਾ ਕੱਚਾ ਹੋਵੇ ਨਾ ਬੰਦਾ, ਉਹ ਅੱਜ ਵੀ ਪ੍ਰੋਬਲਮ ਹੈਗੀ ਮੇਰੇ, ਹਾਲਾਂਕਿ ਉਹ ਮੇਰੇ ਬੜੇ ਲਖਤੇ ਜਿਗਰ ਨੇ ਮੇਰੇ, ਅੱਜ ਬੜੀ ਮੇਰਾ ਪਿਆਰ ਨਾ, ਪਰ ਮੈਂ ਉਹਨਾਂ ਨੂੰ ਕਹਿ ਦਿੰਦਾ ਸਰ ਯੂ ਆਰ ਰੋਂਗ ਹੈ। ਉਦੋਂ ਜਦ ਬੰਦਾ ਘੋੜੇ ਤੇ ਸਵਾਰ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਕੌਣ ਕੀ ਕਹਿ ਰਿਹਾ। ਉਹਨਾਂ ਨੂੰ ਕਈ ਗੱਲਾਂ ਦੱਸੀਆਂ ਵੀ ਕਪਿਲ ਐ ਕਹਿੰਦਾ ਸੀ, ਉਹ ਫਲਾਨਾ ਕਹਿੰਦਾ ਸੀ, ਮੈਂ ਕਿਹਾ ਗੱਲ ਰਿਹਾ। ਇਹ ਸਭ ਬਹਾਨੇ ਨੇ, ਜਦ ਰੱਬ ਨਾ ਚਾਹੇ ਫਿਰ ਕਹਾਣੀਆਂ ਬਣ ਜਾਂਦੀਆਂ। ਬਿਲਕੁਲ, ਰੱਬ ਨੇ ਨਹੀਂ ਚਾਹਿਆ ਵੀ ਤੈਨੂੰ ਨਹੀਂ ਖੇਡਣ ਦੇਣਾ, ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ, ਤੈਨੂੰ ਪੁੱਤ ਦਿਆਂਗੇ ਉਹ ਫਿਰ ਖੇਡੂਗਾ। ਸੋ ਆਈ ਥਿੰਕ ਇਹ ਸਭ ਸਟੋਰੀਜ਼ ਨੇ, ਆਲ ਸਟੋਰੀਜ਼। ਜੱਗਾ ਡਾਕੂ, ਸੁੱਚਾ ਸਿੰਘ ਸੂਰਮਾ ਜਾਂ ਆਪਣੇ ਗੁਰੂ, ਗੁਰੂਆਂ ਦੀਆਂ ਕਈ ਗੱਲਾਂ ਢੱਡ ਸਰੰਗੀ ਵਾਲੇ ਸੁਣਾਉਂਦੇ ਆ, ਤੁਹਾਡਾ ਖਿਆਲ ਉਹ ਸੱਚ ਨੇ? ਨਾ, ਦੇ ਆਰ ਰਿਲੇਟਡ ਸਟੋਰੀਜ਼। ਸੱਚਾਈ ਉਹੀ ਹੁੰਦੀ ਹੈ ਜਿਹੜਾ ਬੰਦਾ ਮਿਲਦਾ ਉਹੀ ਜਾਣਦਾ ਵੀ ਇਹ ਕੌਣ ਕੀ ਹੈ। ਸੋ ਆਈ ਥਿੰਕ ਮੇਰੇ ਵਾਸਤੇ ਜੋ ਇਹ ਕਹਾਣੀਆਂ ਬਣੀਆਂ ਨੇ ਮੇਰੇ ਆਪਣੇ ਨੇ ਬਣਾਈਆਂ ਨੇ, ਰਾਈਟ, ਮੇਰੇ ਆਪਣੇ ਦੋਸਤਾਂ ਨੇ ਬਣਾਈਆਂ ਨੇ, ਔਰ ਇਸ ਕਰਕੇ ਫਿਲਮ ਇੰਡਸਟਰੀ ਵਿੱਚ ਵੀ ਬਣਾਈਆਂ ਨੇ। ਸਾਡੇ ਉਹ ਜਿਹੜੇ ਐਕਟਰ ਸ਼ਵਿੰਦਰ ਮਾਨ ਵਰਗੇ, ਬੀਐਨ ਸ਼ਰਮੇ ਵਰਗੇ, ਹੋਰ ਜਿਹੜੇ ਲਿਆਂਦੇ ਅਟਰਮ ਪਟਰਮ ਜਿੰਨੇ ਬੰਦੇ ਲਿਆਂਦੇ, ਉਹ ਇੰਨੇ ਜੈਲਸੀ ਸੀ ਪ੍ਰੋਡਿਊਸਰ ਨੂੰ, ਕਹਿੰਦੇ ਸੀ ਉਹ ਤਾਂ ਥੱਪੜ ਮਾਰ ਦਿੰਦਾ, ਇਹ ਤਾਂ ਗਾਲ ਕੱਢ ਦਿੰਦਾ, ਇਹ ਤਾਂ ਫਲਾਨਾ। ਪ੍ਰੋਡਿਊਸਰ ਮੈਨੂੰ ਦੱਸਿਆ, ਉਹ ਜਦ ਮੈਨੂੰ ਹੁਣ ਮਿਲਦੇ ਹਨ ਉਹ ਕਹਿੰਦੇ ਨੇ ਯਾਰ ਸਭ ਤੋਂ ਭਾਜੀ ਬੜੀ ਗਲਤੀ ਹੋ ਗਈ। ਮੈਂ ਕਿਹਾ ਕੋਈ ਗੱਲ ਨਹੀਂ ਯਾਰ, ਸਮਾਂ ਸਮਾਂ ਸਮਰੱਥ, ਉਹੀ ਅਰਜੁਨ ਕੇ ਤੀਰ ਵਹੀ ਅਰਜੁਨ ਕਾ ਰਥ, ਕੋਈ ਫਰਕ ਨਹੀਂ ਪੈ। ਸੋ ਦੀਸ ਆਰ ਆਲ ਸਟੋਰੀਜ਼, ਵੈਰੀ ਨਾਈਸ, ਸਭ ਕਹਾਣੀਆਂ ਵੀ ਹਾਰ। ਔਰ ਮੈਂ ਗੱਲ ਹੋਰ ਕਹਿੰਦੇ ਆ, ਕਹਾਣੀਆਂ ਵੀ ਜਿਉਂਦਿਆਂ ਦੀ ਬਣਦੀਆਂ। ਬਿਲਕੁਲ, ਲੱਲੀ ਪੰਜ ਦੀ ਕਹਾਣੀ ਬਣਦੀ, ਸਹੀ ਗੱਲ, ਬਿਲਕੁਲ ਸਰ। ਅੱਛਾ, ਹਜੇ ਮੈਂ ਥੋੜ੍ਹਾ ਜਿਹਾ ਹੋਰ ਟੌਪਿਕ ਐਗਰੈਸਿਵਨੈਸ ਨੂੰ ਅੱਗੇ ਹੀ ਲੈ ਕੇ ਜਾ ਰਿਹਾ। ਜੋ ਤੁਸੀਂ 16 ਸੈਕਟਰ ਦੇ ਕ੍ਰਿਕਟ ਸਟੇਡੀਅਮ ਦੇ ਵਿੱਚ ਤੁਸੀਂ ਕੋਚਿੰਗ ਵੀ ਦਿੱਤੀ ਬੱਚਿਆਂ ਨੂੰ, ਡੀਏਵੀ ਕਾਲਜ, ਡੀਏਵੀ ਕਾਲਜ ਦੇ ਵਿੱਚ, ਡੀਏਵੀ ਸਕੂਲ, ਤੇ ਉੱਥੇ ਜੋ ਉਹੀ ਗੱਲ ਹੈ ਕਿ ਵੀ ਜ਼ਿਆਦਾਤਰ ਸੁਣੀ ਸੁਣੀਆਂ ਗੱਲਾਂ ਹੈਗੀਆਂ ਕਿ ਵੀ ਤੁਸੀਂ ਯੁਵਰਾਜ ਨੂੰ ਵੀ ਕਾਫੀ ਉਹਨੂੰ ਸਟ੍ਰਿਕਟਲੀ ਰੱਖਦੇ ਸੀਗੇ ਉੱਥੇ, ਬਹੁਤ ਜ਼ਿਆਦਾ ਸਟ੍ਰਿਕਟ ਰੱਖਦੇ ਸੀ, 4-5 ਵਜੇ ਉਠਾ ਕੇ ਅਤੇ ਉਹਨੂੰ ਉਹਦੇ ਤੁਸੀਂ ਡਾਂਗਾਂ ਵੀ ਲਾਈਆਂ ਅਤੇ ਗਾਲਾਂ ਵੀ ਕੱਢੀਆਂ ਔਨ ਫੀਲਡ, ਅਤੇ ਇੱਦਾਂ ਦੀ ਵੀ ਕੋਈ ਗੱਲ ਹੈਗੀ? ਅੱਛਾ, ਮੈਂ ਤੁਹਾਨੂੰ ਵਿਸਤਾਰ 'ਚ ਸੁਣਾ ਦਿੰਦਾ ਕਿ ਜੰਗਲੀ ਘੋੜਾ ਜਦ ਤੁਹਾਡੇ ਘਰ 'ਚ ਪੈਦਾ ਹੋ ਜਾਏ ਨਾ, ਤੇ ਫਿਰ ਉਹ ਕਾਠੀ ਨਹੀਂ ਭੋਗਦਾ, ਫਿਰ ਉਹਨੂੰ ਬਾਲਾਂ ਤੋਂ ਫੜ ਕੇ ਚਲਾਉਣਾ ਪਿਆ। ਇੱਕ ਬੱਚਾ ਸੀ, ਦੂਜੇ ਬੱਚੇ ਦੀ ਮੈਨੂੰ ਲੋੜ ਨਹੀਂ ਸੀ, ਆਈ ਥੋਟ ਆਈ ਵਿਲ ਮੇਕ ਹਿਮ ਅ ਬਿਗ ਸਟਾਰ, ਹੈ ਨਾ, ਕਿਉਂਕਿ ਹੀ ਵਾਜ਼ ਅ ਵੈਰੀ ਟੈਲੈਂਟਡ ਬੰਦਾ ਸੀ, ਟੈਨਿਸ ਖੇਡਦਾ ਸੀ, ਸਕੇਟਿੰਗ ਕਰਦਾ ਸੀ, ਫਲਾਨਾ ਕਰਦਾ ਸੀ, ਲੇਕਿਨ ਮਾਂ ਹਮੇਸ਼ਾ ਆਪਣੇ ਬੱਚੇ ਨੂੰ ਵਿਗਾੜਦੀ। ਅੱਜ ਦੀ ਡੇਟ ਦੇ ਵਿੱਚ ਮਾਵਾਂ ਹੀ ਆਪਣੇ ਲਾਡ ਪਿਆਰ ਨਾਲ ਬੱਚੇ ਨੂੰ ਵਿਗਾੜਦੀਆਂ। ਮੈਂ ਉਸ ਸਕੂਲ 'ਚ ਪੜ੍ਹਿਆ, ਮੇਰੇ ਪਿਓ ਨੇ ਮੇਰੇ ਡਾਂਗਾਂ ਫੇਰੀਆਂ, ਕਿੱਥੇ ਸੀ, 9 ਵਜੇ ਕਿਉਂ ਗਿਆ ਉੱਥੇ, ਕਿਉਂ ਨਹੀਂ ਕੀਤਾ, ਮੈਨੂੰ ਵੀ ਹੁੰਦਾ ਸੀ ਯਾਰ ਇਹ ਪਿਓ ਮੇਰਾ ਕਿੱਦਾਂ ਦਾ, ਸਕੂਲ ਜਾਓ ਤਾਂ ਕੁੱਟ ਪੈਂਦੀ ਹੈ, ਘਰੇ ਤਾਂ ਕੁੱਟ ਪੈਂਦੀ ਹੈ, ਬਟ ਆਈ ਰਿਅਲਾਈਜ਼ ਕਿ ਦੇ ਮੇਡ ਅ ਮੈਨ ਆਊਟ ਆਫ ਮੀ। ਸੋ ਯੂਵੀ ਨਾਲ ਜਿੰਨੀਆਂ ਵੀ ਸਟੋਰੀਜ਼ ਰਿਲੇਟਡ ਨੇ ਉਹ ਬਿਲਕੁਲ ਸੱਚ ਨੇ, ਕਿਉਂਕਿ ਮੈਂ ਇਹਨੂੰ ਚਾਹੁੰਦਾ ਸੀ ਕੁਛ ਬਣੇ। ਹੁਣ ਜਦ ਬੰਦਾ ਜਵਾਨ ਹੁੰਦਾ 12-13-14 ਸਾਲ ਦਾ, ਉਹਨੂੰ ਕੁੜੀਆਂ ਵੱਲ ਧਿਆਨ ਹੋ ਜਾਂਦਾ, ਉਹਦਾ ਉਹਦਾ ਦੋਸਤਾਂ ਵੱਲ ਧਿਆਨ ਹੋ ਜਾਂਦਾ, ਲੰਡਰਗਿਰਦੀ ਵੱਲ ਧਿਆਨ ਹੋ ਜਾਂਦਾ, ਬਟ ਟੈਲੈਂਟ ਹੈਜ਼ ਟੂ ਬੀ ਨਰਸਡ। ਯੈਸ, ਠੀਕ ਹੈ ਜੀ। ਜੇ ਆਪਾਂ ਯੁਵਰਾਜ ਸਿੰਘ ਨੂੰ ਵਿਹਲਾ ਛੱਡ ਦਿੰਦੇ, ਫਿਰ ਜਾਂ ਤੇਲ ਵੇਚ ਲਿਆ ਹੁੰਦਾ ਪੰਪ ਤੇ, ਜਾਂ ਖੇਤੀ ਕਰਦਾ ਹੁੰਦਾ, 4 ਨਿਆਣੇ ਹੁੰਦੇ, ਧੋਈ ਡਾਂਗ ਤੋਂ ਸੋਟੀ ਦਾ ਬੁੱਢਾ ਹੋਇਆ ਹੁੰਦਾ। ਇੱਕ ਘੋੜੇ ਨੂੰ ਲਿਆ ਕੇ ਇੱਕ ਪੱਧਰ ਤੇ ਬਣਾਉਣਾ, ਇਹ ਮੇਰੀ ਸੋਚ ਸੀ। ਲੋਕ ਮੈਨੂੰ ਕਹਿੰਦੇ ਸੀ ਭਾਈ ਇਹ ਫਰਸਟ੍ਰੇਟ ਹੋਇਆ, ਕ੍ਰਿਕਟ ਨਹੀਂ ਖੇਡ ਸਕਿਆ, ਇਸ ਕਰਕੇ ਆਪਣੇ ਪਿਓ ਨੂੰ ਕੁੱਟਦਾ। ਮੇਰੀ ਜਨਾਨੀ ਵੀ ਇਹ ਕਹਿੰਦੀ ਸੀ, ਮੇਰੀ ਮਾਂ ਵੀ ਇਹੀ ਕਹਿੰਦੀ ਸੀ,
ਬਾਕੀ ਤੁਸੀਂ ਗੱਲਾਂ ਹੀ ਛੱਡ ਦਿਓ, ਤਾਂ ਮੇਰਾ ਪੋਤਾ ਮਾਰ ਦੇਣਾ, ਤਾਂ ਮੇਰਾ ਫਲਾਨਾ, ਫਿਰ ਮਾਂ ਹੋਰ ਜੰਮ ਲਾਂਗੇ, ਕਿਹੜਾ ਬੁੱਢੀ ਹੋ ਗਈ ਹੈ, ਫਿਰ ਬਣਾ ਦੇ ਲੈਣ ਦੇ ਕੁਛ, ਦੈਟ ਕਾਇੰਡ ਆਫ ਲੈਂਗੁਏਜ ਵਿੱਚ ਪੀਪਲ ਸ਼ੁੱਡ ਅੰਡਰਸਟੈਂਡ ਵਾਟ ਆਈ ਐਮ ਟ੍ਰਾਇੰਗ ਟੂ ਡੂ। ਮੈਂ ਕੁਛ ਕ੍ਰੀਏਟ ਕਰਨਾ ਚਾਹ ਰਿਹਾ ਔਰ ਮੈਂ ਕੋਈ ਜ਼ਾਲਿਮ ਬਾਪ ਨਹੀਂ ਹੈਗਾ ਜਿਹੜਾ ਕਿ ਮੈਂ ਯੂਵੀ ਨਾਲ ਕੋਈ ਤਸੀਹੇ ਕੀਤੇ ਆ, ਪਰ ਇੱਕ ਟਾਈਮ ਸੀਗਾ ਜਦ ਨੂੰ ਕਹਿਣਾ ਭਾਈ ਤੂੰ 4 ਵਜੇ ਉੱਠਣਾ, ਆਹ ਤੇਰਾ ਡਿਸਿਪਲਿਨ ਹੈ, ਇੱਦਾਂ ਤੂੰ ਕਰਨਾ, ਇੱਦਾਂ ਇੱਦਾਂ ਕਰਨਾ, ਜੋ ਮੈਂ ਲਾਈਫ ਦੇ ਵਿੱਚ ਕੀਤਾ ਮੈਂ ਅੱਜ ਵੀ ਇਹੀ ਕਰਦਾ। ਵੈਰੀ ਡਿਸਿਪਲਿਨ ਮੈਨ, ਮੈਂ 18 ਘੰਟੇ ਕੰਮ ਕਰਦਾ, 8 ਵਜੇ ਉੱਠਣਾ, ਪਾਠ ਕਰਨਾ, ਰੋਟੀ ਖਾਣੀ ਹੈ, ਸਭ ਕੁਛ ਕਰਨਾ। ਆਈ ਡੂ ਐਵਰੀਥਿੰਗ ਬਾਈ ਮਾਈ ਸੈਲਫ ਕਿਉਂਕਿ ਮੈਨੂੰ ਸਿਖਾਇਆ ਗਿਆ ਇਹ, ਮੈਂ ਚਾਹੁੰਦਾ ਸੀ ਵੀ ਉਹ ਕਰੇ। ਹੁਣ ਉਹਦੀ ਕ੍ਰਿਕਟ ਦੇ, ਮੈਂ ਨਹੀਂ ਸੀ ਚਾਹੁੰਦਾ ਬਾਕੀ ਗੇਮਸ ਖੇਡੇ, ਸਕੇਟਿੰਗ ਸੀਟ 'ਤੇ ਜੀ ਸਾਡੇ ਮੈਡਲ ਸੀਟ 'ਤੇ ਸਭ ਕੁਛ ਹੋਇਆ, ਘਰ ਦੇ ਬੂਟੇ ਬਾਟੇ ਪੱਟ ਕੇ ਵਿਕਟਾਂ ਵੀ ਬਣਾਈਆਂ, ਸਭ ਕੁਛ ਹੋਇਆ। ਯੂਵੀ ਨੂੰ ਸ਼ਾਇਦ ਲੱਗਦਾ ਹੋਵੇ ਮੇਰਾ ਪਿਓ ਹਿਟਲਰ ਵਰਗਾ, ਇਹ ਤਾਂ ਹਿਟਲਰ ਹੈ, ਉਹਨੇ ਕਿਹਾ ਵੀ ਉਹਨੂੰ ਅੱਜ ਉਹ ਫੀਲ ਕਰਦਾ, ਨਹੀਂ ਨਹੀਂ ਡੈਡ ਇਟ ਇਜ਼ ਬਿਕੋਜ਼ ਆਫ ਯੂ। ਉਹਨੇ ਬੁੱਕਸ ਵੀ ਲਿਖਿਆ ਕਿ ਮੇਰਾ ਪਿਓ ਨਾ ਹੁੰਦਾ, ਮੈਂ ਤਾਂ ਪੜ੍ਹੀਆਂ ਨਹੀਂ, ਦੋ ਲੋਕਾਂ ਨੇ ਸੁਣਾਈਆਂ, ਤੁਸੀਂ ਪੜ੍ਹੀਆਂ ਹੋਣੀਆਂ ਕਿ ਜੀ ਮੇਰਾ ਪਿਓ ਨਾ ਤਾਂ ਸ਼ਾਇਦ ਮਜੱਥੇ ਨਾ ਹੁੰਦਾ, ਹੀ ਹੈਜ਼ ਰੀਅਲਾਈਜ਼ਡ। ਪਰ ਮੈਂ ਜੋ ਵੀ ਕੀਤਾ, ਜਿਵੇਂ ਵੀ ਕੀਤਾ, ਇੱਕ ਐਸੀ ਸਰ ਹਿਸਟਰੀ ਲਿਖੀ, ਪਰਮਾਤਮਾ ਲਿਖੀ, ਮੈਂ ਤਾਂ ਕੋਈ ਨਹੀਂ, ਮੈਂ ਤਾਂ ਗਰੀਬ ਆਦਮੀ ਹਾਂ, ਜੋ ਹੁਕਮ ਉਹਦਾ ਹੋਇਆ, ਐਸੀ ਹਿਸਟਰੀ ਲਿਖੀ ਜਿਹੜੀ ਦੁਨੀਆਂ ਦੇ ਵਿੱਚ ਲਿਖੀ ਨਹੀਂ ਜਾਏਗੀ। ਅੱਜ ਵੀ ਯੁਵਰਾਜ ਸਿੰਘ ਆਪਣੀ ਮਾਂ ਨਾਲ ਤੁਰ ਗਿਆ, ਮੈਂ ਅੱਜ ਵੀ ਮੇਰੇ ਬੱਚੇ, ਮੇਰੀ ਬੀਵੀ, ਮੇਰੇ ਰਿਸ਼ਤੇਦਾਰ, ਮੇਰੇ ਦੋਸਤ, ਉਹਨਾਂ ਦੀ ਜ਼ਰੂਰਤ ਨਹੀਂ ਹੈ ਮੇਰੇ ਅਸੂਲਾਂ ਤੋਂ ਬਾਹਰ ਹੋ ਜਾਣ, ਮੇਰੇ ਅਸੂਲ ਨਹੀਂ ਟੁੱਟ ਸਕਦੇ, ਦਰਵਾਜ਼ਾ ਖੁੱਲ੍ਹਾ, ਗੈਟ ਆਊਟ ਫਰੋਮ ਹੇਅਰ, ਚਲੇ ਜਾਓ ਤੂੰ, ਲੇਕਿਨ ਰਹਿਣਾ ਤਾਂ ਡਿਸਿਪਲਿਨ 'ਚ ਰਹਿਣਾ। ਯੂਵੀ ਆਪਣੀ ਮਾਂ ਨੂੰ ਲੈ ਕੇ ਚਲਾ ਗਿਆ, ਅੱਡ ਹੋ ਗਿਆ, ਮੇਰਾ ਕੀ ਗਿਆ, ਜੱਟ ਨੇ ਦੂਜਾ ਵਿਆਹ ਕਰਾ ਲਿਆ, ਠੀਕ ਹੈ, ਇਹ ਚਲੀ ਜਾਂਦੀ, ਤੀਜਾ ਕਰਾ ਲੈਂਦੇ, ਮੈਂ ਦੈਟ ਇਜ਼ ਨੋਟ ਦ ਇਸ਼ੂ ਕਿ ਮੈਂ ਬੈਠ ਕੇ ਰੋਵਾਂ ਜੀ, ਹਾਂ ਜੀ ਮੇਰੀ ਜਨਾਨੀ ਚਲੀ ਗਈ, ਮੇਰਾ ਮੁੰਡਾ ਚਲਾ ਗਿਆ, ਮੇਰਾ ਫਲਾਣਾ ਮਰ ਗਿਆ, ਆਈ ਐਮ ਨੋਟ ਦੈਟ ਕਾਈਂਡ। ਸੋ ਕਮਿੰਗ ਟੂ ਦਿਸ ਇਸ਼ੂ ਕਿ ਯੁਵਰਾਜ ਸਿੰਘ ਨੇ ਕ੍ਰਿਕਟ ਸਿਰਫ 25% ਖੇਡੀ ਹੈ ਉਹਦੀ ਮਾਂ ਦੀ ਵਜ੍ਹਾ ਨਾਲ, ਅੱਜ ਉਹਦੀ ਮਾਂ ਦੀ ਵਜ੍ਹਾ ਨਾਲ ਉਹ ਪਾਰਟੀਆਂ ਅਟੈਂਡ ਕਰਦਾ ਰਿਹਾ, ਉਹਦੀ ਮਾਂ ਦੀ ਵਜ੍ਹਾ ਨਾਲ ਤੁਸੀਂ ਸਾਰਾ ਕੁਛ ਉਹਦੇ ਬਾਰੇ ਪੜ੍ਹਿਆ, ਐਡਾ ਗ੍ਰੇਟ ਪਲੇਅਰ, ਐਡਾ ਟੈਲੈਂਟ, ਐਡੀ ਮਿਹਨਤ ਕੀਤੀ, ਉਹਦੀ ਮਾਂ ਨੇ 90% ਸਾਰੀ ਖੂਹ 'ਚ ਪਾ ਦਿੱਤੀ। ਕਿਉਂ? ਕਿਉਂਕਿ ਜਦ ਤੁਸੀਂ ਘਰ 'ਚ ਆਉਂਦੇ ਹੋ ਤਾਂ ਤੁਸੀਂ ਸਟਾਰ ਨਹੀਂ ਹੋਣੇ ਚਾਹੀਦੇ। ਮੇਰੇ ਕੋਲ ਰਹਿੰਦਾ, ਮੈਂ ਉਸੇ ਵੇਲੇ ਸਵਾਉਣਾ ਸੀ, ਉਸੇ ਟਾਈਮ ਉਠਾਉਣਾ ਸੀ, ਦੈਟ ਇਜ਼ ਵਾਈ ਹੀ ਵਾਸ, ਹੀ ਨੈਵਰ ਵਾਂਟ ਟੂ ਸਟੇ ਵਿਦ ਮੀ। ਲੇਕਿਨ ਉਹ ਚਲਾ ਗਿਆ, ਫਿਰ ਵੀ ਉਹਨੇ 25% ਜਿਹੜੀ ਕ੍ਰਿਕਟ ਖੇਲੀ ਹੈ ਉਹ ਕਮਾਲ ਦੀ ਖੇਲੀ ਹੈ, ਦੁਨੀਆਂ ਨੂੰ ਅੱਜ ਜਾਣਦੀ ਹੈ। ਜੇ ਮੈਂ ਕੁਛ ਬਣਾਤਾ ਤਾਂ ਕੁਛ ਮਾੜਾ ਕਰਤਾ, ਦੇਸ਼ ਨੂੰ ਦੇਤਾ, ਦੁਨੀਆਂ ਨੂੰ ਦੇਤਾ, ਤੁਹਾਡਾ ਬੱਚਾ ਹੈ, ਮੈਂ ਤਾਂ ਉਹਦੇ 'ਤੇ ਬੋਰ ਨਹੀਂ ਕਦੇ ਲਾਈਵ, ਇਹਨੂੰ ਮੈਂ ਬਣਾਇਆ, ਮੈਂ ਤਾਂ ਹਮੇਸ਼ਾ ਕਹਿੰਦਾ ਬਾਈ ਉਹਦੀ ਮਿਹਰ ਹੈ, ਉਹਦੀ ਕਿਰਪਾ, ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੇ ਮੇਰਾ। ਸੋ ਜਿੰਨੀਆਂ ਗੱਲਾਂ ਉਹਦੇ ਨਾਲ ਜੁੜੀਆਂ ਨੇ ਉਹ ਸਾਰੀਆਂ ਸੱਚੀਆਂ। ਈਵਨ ਮਾਈ ਓਨ ਕੋਚਿੰਗ ਡਿਪਾਰਟਮੈਂਟ ਅੱਜ ਵੀ ਘਰ ਦੇ ਵਿੱਚ ਜਨਾਨੀ ਦੀ ਜ਼ਰੂਰਤ ਨਹੀਂ ਹੈ ਮੇਰੇ ਸਾਹਮਣੇ ਬੋਲ ਪਏ, ਜਾਂ ਮੇਰੀ ਸੱਸ ਆ ਜਾਏ, ਜਾਂ ਮੇਰੇ ਰਿਸ਼ਤੇਦਾਰ ਆ ਕੇ ਗੱਲ ਕਰ ਜਾਣ, ਸਭ ਨੂੰ ਇਕੱਠੇ ਰੱਖੀਦਾ, ਬਿਠਾਈਦਾ, ਪਰ ਦੇ ਵਿਲ ਨਾਟ ਕ੍ਰੋਸ ਦਾ ਲਾਈਨਸ। ਸੋ ਡਰਦੇ ਹੈ ਯਾਰ ਭਾਜੀ ਕੋਲ ਕਿਵੇਂ ਜਾਈਏ, ਮੈਂ ਕਿਹਾ ਜਵਾਈ ਹੋਵੋਗੇ ਗੁਰਮੀਤ ਕੌਰ ਦੇ, ਮੇਰਾ ਜਵਾਈ ਕੋਈ ਨਹੀਂ, ਮੈਂ ਕੁੜੀਆਂ ਬਣਾ ਕੇ ਵਿਆਹਤੀਆਂ, ਜਿੱਥੇ ਮੈਂ ਵਿਆਹ ਕਰਾਇਆ ਉਹ ਕੁੜੀਆਂ ਗਰੀਬ ਘਰ ਦੀਆਂ, 6 ਕੁੜੀਆਂ ਸੀ, ਪਾਲੀਆਂ ਪੁੱਤ ਬਣ ਕੇ, ਅਤੇ ਉਹਨਾਂ ਨੂੰ ਵੱਡਾ ਕੀਤਾ, ਲੇਕਿਨ ਸਟ੍ਰਿਕਟਲੀ। ਅੱਜ ਉਹ ਜਿੱਥੇ ਵਿਆਹੀਆਂ ਗਈਆਂ ਸਾਰੇ ਵਿਆਹ ਗਏ, ਆਈ ਹੈਵ ਅ ਫੈਮਿਲੀ ਆਫ 24 ਪੀਪਲ, ਪਰ ਕਿਸੇ ਦੀ ਇਹ ਜ਼ਰੂਰਤ ਨਹੀਂ ਹੈ ਕਿ ਮੇਰੀ ਅੱਖ ਚੱਖ ਪਾ ਕੇ ਗੱਲ ਕਰ ਜੇ, ਬਿਕੋਜ਼ ਯੂ ਆਰ ਅ ਟਰੂ ਮੈਨ। ਸੋ ਜੋ ਕੁਛ ਹੈ ਅੱਜ ਵੀ ਇੱਦਾਂ ਹੀ ਹੈ, ਅੱਜ ਵੀ ਬੜਕ ਮਾਰੀ ਦੀ ਹੈ ਤਾਂ ਸਾਡੇ ਸ਼ੀਸ਼ੇ ਹਿੱਲਣ ਲੱਗ ਜਾਂਦੇ। ਹੁਣ ਮੈਨੂੰ ਕਈ ਵਾਰੀ ਮੇਰੀ ਵਾਈਫ ਕਹਿੰਦੀ ਹੈ ਘਰ 'ਚ ਬੇਟੀ ਹੋ ਗਈ ਤੁਸੀਂ ਗਾਲ ਕੱਢ ਦਿੰਦੇ ਹੋ, ਉਹ ਮੈਂ ਕਿਹਾ ਯਾਰ ਉਹ ਗਾਲ ਮੂੰਹ 'ਚ ਚੜ੍ਹੀ ਹੈ, ਬਟ ਆਈ ਥਿੰਕ ਆਈ ਸ਼ੁੱਡ ਮੈਂਡ ਮਾਈ ਸੈਲਫ, ਇੱਦਾਂ ਵੀ ਨਹੀਂ ਹੈ। ਮੇਰੀ ਬੇਟੀ ਨੇ ਮੈਨੂੰ ਬਹੁਤ ਠੀਕ ਕੀਤਾ ਕਿ ਡੈਡ ਤੁਹਾਨੂੰ ਇੰਨਾ ਉੱਚੇ ਬੋਲਣ ਦੀ ਲੋੜ ਨਹੀਂ ਹੈ, ਐਂਡ ਯੂ ਕੈਨ ਚੇਂਜ ਯੋਰ ਸੈਲਫ, ਸੋ ਆਈ ਐਮ ਟਰਾਇੰਗ ਟੂ ਚੇਂਜ ਮਾਈ ਸੈਲਫ, ਕਿਉਂਕਿ ਡਾਟਰ ਘਰ 'ਚ ਆ ਗਈ ਹੈ। ਪਰ ਮੈਂ ਵੀ ਉਹਨੂੰ ਇਹੋ ਜਿਹਾ ਬਣਾਉਣਾ ਚਾਹੁੰਦਾ ਕਿ ਕੱਲ੍ਹ ਨੂੰ ਉਹਨੂੰ ਕਿਸੇ ਸਹਾਰੇ ਦੀ ਲੋੜ ਨਾ ਪਵੇ, ਕੱਲ੍ਹ ਨੂੰ ਵਿਆਹੀ ਜਾਏ ਤਾਂ ਕੱਲ੍ਹ ਨੂੰ ਆਪਣੇ ਹਸਬੈਂਡ 'ਤੇ ਡਿਪੈਂਡ ਨਾ ਕਰੇ, ਸਹੁਰੇ 'ਤੇ ਡਿਪੈਂਡ ਨਾ ਕਰੇ, ਸੱਸ 'ਤੇ ਡਿਪੈਂਡ ਨਾ ਕਰੇ। ਐਟਲੀਸਟ ਜੇ ਕੱਲ੍ਹ ਨੂੰ ਉਹ ਕੱਢੀ ਜਾਵੇ, ਉਹਦਾ ਡਿਵੋਰਸ ਹੋ ਜੇ, ਚਲੀ ਜਾਵੇ ਕਿਤੇ ਇਕੱਲੀ ਰਹਿ ਜੇ, ਤਾਂ ਐਟਲੀਸਟ ਉਹਨੂੰ ਇਹੋ ਜਿਹਾ ਬਣਾਵਾਂ ਕਿ ਆਪਣੇ ਦਮ 'ਤੇ ਜ਼ਿੰਦਗੀ ਜੀ ਸਕੇ। ਵੈਰੀ ਨਾਈਸ।
ਬਹੁਤ ਵਧੀਆ ਸਰ। ਅਤੇ ਸਰ ਚਲੋ ਹੁਣ ਇਹ ਤੁਹਾਡੇ ਜਿਹੜੇ ਪਾਸਟ ਲਾਈਫ ਰਹੀ ਆ, ਹੁਣ ਜਿਹੜੀ ਪ੍ਰੈਜੈਂਟ ਚੱਲ ਰਹੀ ਹੈ, ਹੁਣ ਤੁਸੀਂ ਬੋਲੀਵੁੱਡ ਦੇ ਵਿੱਚ ਵੀ ਇੱਕ ਮੁਕਾਮ ਨੂੰ ਹਾਸਿਲ ਕੀਤਾ ਹੋਇਆ, ਅਤੇ ਹੁਣ ਤੁਸੀਂ ਤੁਹਾਡੀ ਫਿਲਮ ਦੇ ਵਿੱਚ ਸਿੰਗ ਇਜ਼ ਬਲਿੰਗ ਵੀ ਤੁਹਾਡੀ ਫਿਲਮ ਆ ਰਹੀ ਹੈ, ਜਿਹਦੇ ਵਿੱਚ ਤੁਸੀਂ ਆਪਣਾ ਫਾਦਰ ਦਾ ਰੋਲ ਕੀਤਾ, ਉਹਦੇ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ ਕਿ ਉਹਦੇ 'ਚ ਕਿੱਦਾਂ ਦਾ ਰੋਲ ਹੈ, ਕੀ ਕੈਰੈਕਟਰ ਹੈ ਤੁਹਾਡਾ। ਮੈਂ ਹਰ ਗੱਲ ਨੂੰ ਨਾ ਪਰਮਾਤਮਾ ਨਾਲ ਜੋੜਦਾ, ਜਿਵੇਂ ਜਿਵੇਂ ਉਹਦਾ ਹੁਕਮ ਹੁੰਦਾ। 5 ਕੁ ਸਾਲ ਪਹਿਲਾਂ ਮੇਰੀ ਜਿਹੜੀ ਸੈਕਿੰਡ ਫੈਮਿਲੀ ਅਮੈਰੀਕਾ ਸੈਟਲ ਸੀ, ਅਤੇ ਮੈਨੂੰ ਸੀ ਪਤਾ ਰਹਿਣਾ ਵਾਪਸ ਆਉਣਾ ਕਿ ਉੱਥੇ ਪੜ੍ਹ ਲਏ ਉੱਥੇ ਸਾਰਾ। ਹਾਂਜੀ, ਪਹਿਲੀ ਫੈਮਿਲੀ ਛੱਡ ਕੇ ਜਾ ਚੁੱਕੀ ਸੀ, ਨਾ ਪੁੱਛਦੇ ਸੀ ਨਾ ਆਪਾਂ ਨੂੰ ਕਿਤੇ ਜਾਂਦੇ ਸੀ ਨਾ ਗੱਲ। ਆਈ ਥੋਟ ਕਿ ਯਾਰ ਬਹੁਤ ਕੁਛ ਯੋਗਰਾ ਸਿੰਘ ਕਰ ਲਿਆ, ਤਪ ਕਰਾਂਗੇ। ਅੱਛਾ, ਆਹ ਘਰ ਬਣਾਇਆ ਮੈਂ ਚੰਬੇ ਫਸਟ ਕਲਾਸ, ਅੱਛਾ ਪਹਾੜੀ ਲੈ ਕੇ, ਅਤੇ ਮੈਂ ਕਿਹਾ ਉੱਥੇ ਜਾ ਕੇ ਹੁਣ ਆਪਾਂ ਨਾ ਸੰਤ ਬਣ ਜਾਣਾ। ਆਈ ਵਾਸ ਪੈਕਿੰਗ ਮਾਈ ਬੈਗਸ, ਚਿੱਠੀ ਲਿਖ ਕੇ ਰੱਖ ਚੱਲਿਆ ਸੀ, ਮੈਂ ਕਿਹਾ ਭਾਈ ਮੈਨੂੰ ਢੂੰਡ ਜਾਣਾ। ਅੱਛਾ, ਹੁਣ ਦੈਟ ਵੈਰੀ ਮੂਮੈਂਟ ਕੀ ਹੋਇਆ ਕਿ ਇੱਕ ਟੈਲੀਫੋਨ ਆਇਆ, ਪੈ ਮੇਰੇ ਸਮਾਨ ਪੈਕ, ਘਰ ਦੇ ਤਾਲਾ, ਮੈਂ ਲਾਉਣ ਜਾ ਰਿਹਾ ਗੱਡੀ, ਸਮਾਨ ਰੱਖ ਲਿਆ, ਫੋਨ ਆਇਆ। ਫੋਨ ਆਇਆ ਮਿਸਟਰ ਰਾਜੀਵ ਟੰਡਨ, ਅੱਛਾ, ਫਰੋਮ ਬੰਬੇ। ਉਹਨਾਂ ਨੇ ਕਿਹਾ ਜੀ ਮੈਂ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਜੀ ਦੇ ਆਫਿਸ ਤੋਂ ਬੋਲ ਰਿਹਾ, ਅਸੀਂ ਫਿਲਮ ਬਣਾ ਰਹੇ ਭਾਗ ਮਿਲਖਾ ਭਾਗ, ਅਤੇ ਅਸੀਂ ਕੋਚ ਦਾ ਰੋਲ ਤੁਹਾਨੂੰ ਦੇਣਾ। ਮੈਂ ਕਿਹਾ ਮੇਰੇ ਨਾਲ ਕੋਈ ਮਜ਼ਾਕ ਕਰੀ ਜਾਂਦਾ, ਮੈਂ ਕਿੱਥੇ ਰਾਕੇਸ਼ ਓਮ ਪ੍ਰਕਾਸ਼ ਮਹਿਰਾ, ਕਿੱਥੇ ਮਿਲਖਾ ਸਿੰਘ, ਕਿੱਥੇ ਮੈਂ, ਸਾਡਾ ਕੋਈ ਤੁੱਕ ਨਹੀਂ ਹੈਗਾ, ਬੈਠਾ ਮੈਂ ਚੰਡੀਗੜ੍ਹ, 20,000 ਐਕਟਰ ਤੁਰੇ ਫਿਰਦੇ ਨੇ ਉੱਥੇ, ਫਿਰ ਮੈਂ ਕੀ ਲੈਣਾ। ਪਰ ਇਟ ਹੈਪਨਡ, ਨੈਕਸਟ ਡੇ ਦੇ ਕੇਮ, ਮੈਨੂੰ ਸਾਈਨਿੰਗ ਅਮਾਊਂਟ ਚੈੱਕ ਮਿਲਿਆ। ਮੈਂ ਅੱਛਾ, ਪਰਮਾਤਮਾ ਥੈਂਕ ਯੂ। ਔਰ ਉਸ ਫਿਲਮ 'ਚ ਅਸੀਂ ਸ਼ੁਰੂਆਤ ਕੀਤੀ, ਉਹ ਫਿਲਮ ਤੁਸੀਂ ਦੇਖੀ, ਰੱਬ ਦੀ ਬੜੀ ਮਿਹਰ ਰਹੀ, ਉਹਦੀ ਵਡਿਆਈ ਬਹੁਤ ਵਧੀਆ, ਅਤੇ ਮੈਨੂੰ ਵੀ ਮਾੜਾ ਮੋਟਾ ਉਹ 'ਚ ਬੜੀ ਸ਼ਾਬਾਸ਼ੀ ਮਿਲੀ ਹੈ। ਦਿਸ ਇਜ਼ ਹਾਊ ਮਾਈ ਫਿਲਮ ਕੈਰੀਅਰ ਰੀਸਟਾਰਟਡ। ਠੀਕ ਹੈ, ਫਿਰ ਜਦੋਂ ਫਿਲਮ ਦੇਖੀ, ਫਿਰ ਦੋ ਪੰਜਾਬੀ ਵਾਲੇ ਆ ਗਏ ਪਿਕਚਰ, ਉਹਨਾਂ ਨੇ ਫਿਰ ਫਿਲਮਾਂ ਕਰੀ, ਹੀਰੋਇਨ ਹੀਰੋ ਕਰੀ, ਫਿਰ ਇਹ ਕਰੀ ਗੋਰਿਆਂ ਦਫਾ ਕਰੋ, ਉਹ ਹਿੱਟ ਹੋ ਗਈ, ਐਂਡ ਦੈਨ ਇਨ ਕਮ ਸਿੰਗ ਇਜ਼ ਬਲਿੰਗ। ਘਰੇ ਬੈਠੇ ਬੈਠੇ ਕੌਣ ਕਹਿੰਦਾ ਕਿ ਬੰਦਾ ਆਪਣੀ ਡਿਸਟੈਸਟੀ ਲਿਖਣ ਜਾਂਦਾ, ਕੋਈ ਲਿਖਣ ਜਾਂਦਾ। ਰੱਬ ਜਦ ਟੁੱਟਦਾ ਹੈ, ਖੁਸ਼ ਹੁੰਦਾ ਹੈ ਆਪਦੇ ਪਿਆਰੇ 'ਤੇ, ਫਿਰ ਉਂਗਲ ਫੜ ਕੇ ਉਹਨੂੰ ਆਪੇ ਹੀ ਜੰਨਤ ਦਾ ਰਾਜਾ ਬਣਾ ਦਿੰਦਾ। ਮੈਂ ਘਰੇ ਬੈਠੇ ਬੈਠੇ ਮੇਰੇ ਨਾਲ ਸਾਰਾ ਕੁਛ ਹੋਇਆ। ਮੈਂ ਓਬਵੀਅਸਲੀ ਅੱਜ ਬੈਠ ਕੇ ਸੋਚਦਾ ਕਿ ਯਾਰ ਤੂੰ ਉੱਥੇ ਸ਼ੂਟਿੰਗ ਕਰਨ ਜਾ ਰਿਹਾ, ਤੂੰ ਉੱਥੇ ਸ਼ੂਟਿੰਗ ਕਰਨ ਜਾ ਰਿਹਾ, ਤੈਨੂੰ ਪੈਸੇ ਵੀ ਮਿਲ ਜਾਂਦੇ ਆ, ਉਹਦਾ ਚੈੱਕ ਦੇਖੀਦਾ ਹੈ, ਤਾਂ ਪਰਮਾਤਮਾ ਦਾ ਸ਼ੁਕਰ ਕਰੀਦਾ ਵੀ ਸੱਚੇ ਪਾਤਸ਼ਾਹ ਤੇਰੀ ਮਿਹਰ ਹੈ, ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੇ ਮੇਰਾ। ਸੋ ਮੇਰਾ ਸਾਰਾ ਦਾ ਸਾਰਾ ਜੀਵਨ ਇਸ ਵੇਲੇ ਰੱਬ ਦੀ ਰਜ਼ਾ 'ਚ ਜੁੜਿਆ। ਵੈਰੀ ਨਾਈਸ। ਮੈਂ ਘਰਦਿਆਂ ਨੂੰ ਆਖਿਆ ਤੁਸੀਂ ਮੈਨੂੰ ਮੇਰੀ ਜੇ ਮੇਰਾ ਲਿੰਕ ਤੋੜਿਆ ਨਾ ਰੱਬ ਦੇ ਨਾਲ ਵਿੱਚ ਆਏ ਤਾਂ ਮੈਂ ਤੁਹਾਨੂੰ ਦੇਣਾ ਛੱਡ। ਸੋ ਸਰ ਇੱਥੇ ਸਾਨੂੰ ਟਾਈਮ ਥੋੜ੍ਹਾ ਜਿਹਾ ਉਹ ਇਜਾਜ਼ਤ ਨਹੀਂ ਦੇ ਰਿਹਾ ਅੱਗੇ ਗੱਲਬਾਤ ਕਰਨ ਦੀ, ਅਤੇ ਇੱਥੇ ਹੀ ਅਸੀਂ ਇਜਾਜ਼ਤ ਲਵਾਂਗੇ। ਐਂਡ ਥੈਂਕ ਯੂ ਸੋ ਮਚ ਫੋਰ ਕਮਿੰਗ। ਜਾਂਦੇ ਜਾਂਦੇ ਇੱਕ ਪਲੀਜ਼ ਇੱਕ ਜੇ ਕੋਈ ਆਡੀਅੰਸ ਨੂੰ ਤੁਸੀਂ ਮੈਸੇਜ ਦੇਣਾ ਹੈ ਆਪਣੇ ਵੱਲੋਂ। ਮੈਂ ਤਾਂ ਇੱਕੋ ਗੱਲ ਹੱਥ ਜੋੜ ਕੇ ਸਭ ਨੂੰ ਕਹਿੰਦਾ ਕਿ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਨੇ ਪੁੱਛਿਆ ਸੀ ਵੀ ਤੁਸੀਂ ਪੁੰਜੇ ਕਿਉਂ ਬਹਿ ਜਾਂਦੇ ਹੋ, ਐਡੇ ਵੱਡੇ ਫਕੀਰ ਸੰਤੌਲੀਓ, ਤੁਹਾਡੇ ਵਾਸਤੇ ਤਖਤੋ ਤਾਜ ਹਾਜ਼ਰ ਹੈ। ਤਾਂ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਬੰਦਾ ਪੁੰਜੇ ਬਹਿੰਦਾ ਉਹ ਕਦੇ ਡਿੱਗਦਾ ਨਹੀਂ। ਸੋ ਮੈਂ ਸਮਝਦਾ ਤੁਸੀਂ ਮਹਾਰਾਜ ਦਾ ਨਾਂ ਜਪੋ, ਨਿਮਰਤਾ ਰੱਖੋ, ਤੁਹਾਨੂੰ ਚੰਗਾ ਇਨਸਾਨ ਬਣਨ ਦੀ ਲੋੜ ਨਹੀਂ, ਤੁਹਾਨੂੰ ਰੱਬ ਆਪੇ ਹੀ ਚੰਗਿਆਈ ਦੇ ਦੇਗਾ। ਬਸ ਮੈਂ ਤਾਂ ਇਹ ਜਾਣਦਾ ਵੀ ਆਪਾਂ ਇਸ ਧਰਤੀ 'ਤੇ ਆਏ ਹਾਂ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਤੁਸੀਂ ਚੰਗੇ ਹੋ ਮਾੜੇ ਹੋ। ਆਪਣੀ ਆਤਮਾ ਤੋਂ ਰਾਤ ਨੂੰ ਪੁੱਛ ਲਿਆ ਕਰੋ ਵੀ ਮੈਂ ਸਾਰੇ ਦਿਨ 'ਚ ਕੀ ਕੀਤਾ, ਤੁਹਾਨੂੰ ਆਪੇ ਆਨਸਰ ਮਿਲ ਜਾਇਆ ਕਰੂਗਾ। ਬਸ ਇਹ ਗੱਲ ਜ਼ਰੂਰ ਹੈ ਵੀ ਜਿਹੜਾ ਬੰਦਾ ਜਪਦਾ ਹੈ, ਪਾਠ ਪੂਜਾ ਕਰਦਾ, ਮੈਂ ਸਮਝਦਾ ਉਹ ਐਸਾ ਆਦਮੀ ਹੈ ਜਿਹਨੇ ਆਪਣੇ ਪਿਓ ਦੀ ਮੇਲੇ 'ਚ ਉਂਗਲ ਫੜੀ ਹੈ,
ਤੇ ਜਿਹਨੇ ਉਂਗਲ ਫੜੀ ਹੈ ਆਪਣੇ ਪਿਓ ਦੀ ਉਹ ਮੇਲੇ 'ਚ ਕਦੇ ਗਵਾਚਦਾ ਨਹੀਂ। ਵੈਰੀ ਨਾਈਸ। ਸੋ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਥੈਂਕ ਯੂ।